रहमान रहीम, अस्सलाम वालेकुम दोस्तों। आज बुद्ध का दिन आ और असीं पहुंचे हां लुडन मंडी, जिहड़ी कि इस इलाके सब तो वड्डी मंडी आ, हर बुद्ध नूं लगदी आ। विहाड़ी सब तो मशहूर डिस्ट्रिक्ट है जिहड़ा इस मंडी नूं नज़दीक पैंदा, 33 किलोमीटर के फासले के उपर हर बुद्ध एक्टिव हुंदी आ। तो इंशाल्लाह इत्थे हर काफ़ी बड़ी मंडी है चल पई आ एकड़ के उपर, और इहदा विजिट भी करांगे। जे तुसीं साडे चैनल ते नए हो ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਸਾਡੀ ਜਿਹੜੀ ਨਈ ਵੀਡੀਓ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ। ਚੱਲਦੇ ਆ ਮੰਡੀ ਔਰ ਦੇਖਦੇ ਆ ਨਏ ਰੇਟਸ। ਬਿਸਮਿਲ੍ਲਾਹਿਰ ਰਹਿਮਾਨ ਰਹੀਮ ਦੋਸਤੋ, ਇੱਕ ਹੋਰ ਜਗ੍ਹਾ 'ਤੇ ਆਏ ਹਾਂ ਬੁੱਧ ਮੰਡੀ ਦੇ ਵਿੱਚ। ਲੁੱਡਣੇ ਮੰਡੀ ਲੱਗਦੀ ਆ ਹਰ ਬੁੱਧ ਦੀ, ਬੁੱਧ ਜ਼ਿਲ੍ਹਾ ਵਿਹਾੜੀ ਦੇ ਵਿੱਚ। ਅਤੇ ਇਹ ਤੁਸੀਂ ਦੇਖ ਰਹੇ ਹੋ ਚਾਰ ਜਾਨਵਰ ਨੇ ਔਰ ਪੁੱਛਦੇ ਆ ਰੇਟ। ਸਲਾਮ ਅਲੈਕੁਮ, ਇਹ ਨਸਲ ਕਿਹੜੀ ਆ? ਦੇਸੀ ਨਸਲ ਹੈ। ਇਹ ਮਾਰਦਾ ਤਾਂ ਨਹੀਂ ਪਿੱਛੋਂ? ਇਹ ਦੇਖ ਸਕਦੇ ਹੋ ਫਰੰਟ ਤੋਂ ਕੀ ਮੰਗ ਰਿਹਾ ਚਾਰਾਂ ਦਾ। ਜਮ੍ਹਾਂ ਕਰ ਲਾ, ਜਮ੍ਹਾਂ ਕਰ ਲਾ, ਜਮ੍ਹਾਂ ਕਰਕੇ ਦੱਸ। ਚੱਲ ਇੱਕ ਤਾਂ ਦੱਸਦੇ ਨਹੀਂ ਜਮ੍ਹਾਂ ਹੁੰਦੇ ਤੇ। ਇੱਕ ਜਾਨਵਰ ਦਾ ਕਿੰਨਾ ਮੰਗ ਰਿਹਾ ਹੁਣ ਇਹ ਦੱਸ ਦੇ। ਅੱਛਾ, ਉਹ ਉੱਦਾਂ ਦੇ ਫਿਰ ਬਣਦਾ ਤੇਰਾ ਜ਼ਿਆਦਾ ਤੂੰ। ਚਲੋ ਇਹ ਕਰ ਲੈਣੇ ਬਤਾ। ਇਹਨਾਂ ਦੀ ਉਮਰ ਕਿੰਨੀ ਕਿੰਨੀ? ਮਜ਼ਾਕ ਕਰ ਰਿਹਾ ਸੀ। ਉਮਰ ਕਿੰਨੀ ਕਿੰਨੀ ਇਹਨਾਂ ਦੀ? ਸਾਲ ਸਾਲ ਹੈ। ਇਹ ਦੇਸੀ ਨਸਲ ਹੈ? ਬੱਚੇ ਨੇ, ਬੱਚੇ ਨੇ ਨਾ। ਇਹਦਾ ਗੋਸ਼ਟ ਕਿੰਨਾ ਹੋਏਗਾ ਪਤਾ ਹੈ ਕੋਈ? ਮਣ ਦਾ ਤਾਂ ਡੇਢ ਮਣ ਦਾ ਬੜਾ ਫਰਕ ਹੁੰਦਾ। ਡੇਢ ਮਣ ਦਾ ਤਾਂ ਮਣ ਦਾ ਬੜਾ ਫਰਕ ਹੁੰਦਾ। ਸਹੀ ਦੱਸ ਕਿੰਨਾ ਹੋਏਗਾ? ਹੈ ਅੱਛਾ, ਕਸਾਈਆਂ ਨੂੰ ਪਤਾ। ਅੱਛਾ ਜੀ, ਸਲਾਮ ਅਲੈਕੁਮ। ਇਹ ਕਿਹੜੀ ਨਸਲ ਹੈ ਤੁਹਾਡੇ ਕੋਲ? ਦੰਨੀਦਾਰ। ਜੋੜੀ ਦਾ ਕੀ ਮੰਗ ਰਿਹਾ? ਪੈਂਹਠ। ਬੋਟੀਆਂ ਕਿੰਨੀਆਂ ਜੋੜੀ ਦੀਆਂ? ਅੱਛਾ, ਡੇਢ ਡੇਢ ਮਣ। ਆਉਣਾ ਆਉਣਾ ਆਉਣਾ। ਇਹ ਇਹ ਕਿਹੜੀ ਕਰਾਸ? ਕਰਾਸ ਵੱਛੀਆਂ ਨੇ। ਇਹ ਤਿੰਨਾਂ ਦਾ, ਤਿੰਨਾਂ ਦਾ ਕੀ ਮੰਗ ਰਹੇ ਹੋ? ਯਾਨੀ ਕਿ ਇਕੱਲੀ 30-30 ਹਜ਼ਾਰ ਦੀ? ਇਕੱਲੀ ਲਓਗੇ ਤਾਂ 30-30 ਹਜ਼ਾਰ ਰੁਪਇਆ, ਔਰ ਤਿੰਨਾਂ ਇਕੱਠੀਆਂ 85 ਲੱਗਿਆ। ਕਿੰਨਾ ਵੈਸੇ ਇਹਨਾਂ ਦਾ? ਤਿੰਨਾਂ ਦਾ ਕਾਫੀ ਫਰਕ ਆਇਆ। ਮੁੱਲ ਸਹੀ ਨਹੀਂ ਲੱਗ ਰਿਹਾ। ਕਿੱਥੋਂ ਲੈ ਕੇ ਆਏ ਨੇ? ਬਹਾਵਲਪੁਰ ਮੰਡੀ ਬੜੀ ਬੜੀ ਲੱਗਦੀ, ਸਾਰੀਆਂ ਮੰਡੀਆਂ ਕਰਦੇ। ਸਹੀ, ਚਲੋ ਠੀਕ ਹੋ ਗਿਆ। ਦੋਸਤੋ ਇਹ ਵੱਛੇ ਨੇ, ਤੁਸੀਂ ਦੇਖ ਰਹੇ ਹੋ। ਸਰ ਇਹ ਨਸਲ ਕਿਹੜੀ ਆ? ਚੁਲਸਤਾਨੀ ਦੋਵੇਂ ਆ? ਲਾਲ ਵੀ ਚੁਲਸਤਾਨੀ ਚ? ਸਹੀ ਵਾਲ ਦਾ ਉਹ ਚੁਲਸਤਾਨੀ ਆ। ਉਮਰ ਕਿੰਨੀ ਕਿੰਨੀ ਆ ਤੇ ਬੋਟੀਆਂ? ਉਮਰ ਦਾ ਪਤਾ ਠੀਕ ਹੈ। ਬੋਟੀਆਂ ਦੱਸੋ ਕਿੰਨੀਆਂ ਕਿੰਨੀਆਂ ਨੇ? ਆ ਲਾਲ 'ਚ ਪੌਣੇ 3 ਮਣ ਬੋਟੀਆਂ। ਕੀ ਮੰਗ ਰਹੇ ਹੋ ਇਹਦਾ? ਇਕੱਲੇ ਦਾ, ਪਰਲੇ ਦਾ? 52। ਇਹ ਦੋਸਤੋ ਤੁਸੀਂ ਦੇਖ ਸਕਦੇ ਹੋ ਜੋੜੀ, ਇੱਕ ਸਹੀਵਾਲ ਦੱਸਿਆ ਇਹਨਾਂ ਨੇ ਅਤੇ ਇੱਕ ਚੋਲਸਤਾਨੀ ਬਲੈਕ ਦੇ ਵਿੱਚ, ਔਰ ਇੱਕ ਦਾ 60 ਹਜ਼ਾਰ ਔਰ ਇੱਕ ਦਾ 52 ਹਜ਼ਾਰ। ਸ਼ੋਰ ਕਾਫੀ ਜ਼ਿਆਦਾ ਹੈ, ਇਹ ਦੇਖ ਸਕਦੇ ਹੋ। ਅੱਗੇ ਚੱਲਦੇ ਕਿਸੇ ਹੋਰ ਦੋਸਤ ਨੂੰ ਮਿਲਦੇ ਹਾਂ।